फाजिल्का के गांव सलेनशा से करीब एक हफ्ता पहले लापता हुए नौजवान युवक की लाश हुई बरामद। पारिवारिक सदस्यों ने जताई हत्या की आशंका। फाजिल्का के गांव सलेनशा निवासी धर्मेंद्र सिंह पुत्र मक्खन सिंह उम्र करीब 22 वर्ष जो कि एक हफ्ते पहले घर से अचानक लापता हो गया था, जिसकी लाश आज फाजिल्का की सरहद पर लगते गांव मुहार जमशेर के साथ लगते दरिया के पतन से बरामद हुई है, जिस पर फाजिल्का थाना सदन पुलिस द्वारा मृतक के डेड बॉडी को लेकर अस्पताल में पोस्टमार्टम करवाया गया और पुलिस द्वारा धारा 174 के तहत कार्रवाई कर मामले की जांच शुरू कर दी गई है। वहीं इस मामले संबंधी मृतक के रिश्तेदारों ने कुछ लोगों पर उनके बेटे की हत्या करने की आशंका जताई है, जिस पर उन्होंने दोषियों के खिलाफ सख्त कार्रवाई करने की मांग की गई है। किराने वाली दुकान ते लग गया होया सी, वो दुकान ते धमकिया धुमकिया दे नहीं गए सीगे एक दो बारी, ते जदो उदो आए सीगे ते उदो तो असी नानू रोक पा लई सीगी, लड़ाई बुलारे तो हर गलू मोबाइलों ते अगो पिछों बहसबाजी करते सीगे जी। सानू तो इन्ना पता ही है जी भई ये मामला नांदे, पता नहीं उनकी घर चू है जा की नहीं, असी नहीं कुछ कह सकते। पंचायत का अज 22 तरीक का गवाचा, 22 ते अगे आ गया सी गया 23 नूं ऐतवार ते सोमवार असी कार्रवाई शुरू सतर कराती सी, फोटू देते सीगे, हथियार कटाते सी, कुछ निकल गए सी, कुछ आंदे सी कि भई सवेरे तक लवा देंगे, उन्हां पुलिस वाले भी आदि कार्रवाई पूरी की है। अज मामला ये आया सी तड़के 9 बजे सानू फोन आ गया सी गा भई इत्थे पत्तन पोस्ट ते एक डेड बॉडी पई है, वो वेख्या है ते ओ इंदे ही धर्मिंदर सिंह दी डेड बॉडी सी जी, ते पंजाब पुलिस ले आई है ते कार्रवाई शुरू है जी, ते कीती जांदे है ते बाकी पंचायत भी सहमतना दे नाल हो के उन्हां नूं आसारा दे रही है जी। इन्ना कुछ कहिंदा की नाम सी मुंडे दा, किन्नी उम्र सी, की कर धर्मिंदर किन्नी उम्र सी? उम्र 20 या 22-21 सालां दे विच। ਅਤੇ ਅੱਜ ਡੈਡੀ ਬੋਡੀ ਕਿੱਥੋਂ ਮਿਲੀ ਜੀ? ਪੱਤਣ ਪੋਸਟ ਮਨ ਮਾਰਸ਼ ਮਸ਼ੇਰ ਪੱਤਣ ਪੋਸਟ ਪੁਲਿਸ ਕਾਰਵਾਈ ਜੋ ਜੀ ਕਿਹੜਾ ਹੈ 174 ਦੀ ਜਾਂ ਜਿਹੜੇ ਮਾਮਲਾ ਬਣਦਾ ਹੈ ਜੀ ਉਹਨਾਂ ਕਰਤੀ ਆ ਜੀ ਸ਼ੁਰੂ। ਮੇਰਾ ਨਾਮ ਸਾਹਿਬ ਸਿੰਘ, ਨਵੀਂ ਬਸਤੀ ਸਲੇਮਸ਼ਾ, ਸਰਪੰਚ। ਮਾਮਲਾ ਤਾਂ ਜੀ ਕੁਛ ਨਹੀਂ ਜੀ, ਬਸ ਘਰੋਂ ਹੀ ਗਿਆ ਸੀ, ਸਾਨੂੰ ਨਹੀਂ ਕੋਈ ਸਮਝ ਹੈਗੀ ਵੀ ਕਿੱਥੇ ਗਿਆ ਕਿੱਥੇ ਨਹੀਂ, ਕੋਈ ਸਮਝ ਹੀ ਨਹੀਂ ਕਿ ਵੀ ਕਿਸੇ ਨੂੰ ਪਤਾ ਵੀ ਹੋਵੇ ਵੀ ਇਹਦੇ ਨਾਲ ਗਿਆ ਜਾਂ ਕਿਸੇ ਨਾਲ ਵੀ, ਐਂ ਜੋ ਕਿ ਸਾਨੂੰ ਪਤਾ ਤੱਕ ਨਹੀਂ ਲੱਗਿਆ ਵੀ ਕਿੱਥੇ ਗਿਆ ਕਿੱਥੇ ਨਹੀਂ। ਸ਼ੋਪ 'ਤੇ ਕੰਮ ਕਰਦਾ ਸੀ, ਦੁਕਾਨ 'ਤੇ, ਸ਼ਹਿਰ 'ਚ ਮੈਂ ਵੀ ਕਰਦਾ ਹੈਗਾ, ਕਦੇ ਮੇਰੇ ਨਾਲ ਵੀ ਚਲਾ ਜਾਂਦਾ ਸੀ, ਕਈ ਵੈਸੇ ਵੀ ਪਿੰਡ ਦੇ ਗਏ ਮੁੰਡੇ ਉਹਨਾਂ ਨਾਲ ਵੀ ਚਲਾ ਜਾਂਦਾ ਹੁੰਦਾ ਸੀ ਵੀ, ਕਈ ਵਾਰੀ ਉਹਨਾਂ ਨੂੰ ਜਲਦੀ ਛੁੱਟੀ ਹੋ ਜਾਂਦੀ ਸੀ, ਮੈਨੂੰ ਮਾੜੀ ਜਿਹੀ ਲੇਟ ਹੁੰਦੀ ਸੀ ਜੀ। 22 ਤਰੀਕ ਨੂੰ ਹੋਇਆ ਸੀ ਸ਼ਾਮ ਨੂੰ 7:30 ਵਜੇ ਜੀ। ਪਾਲ ਜੀ ਅਸੀਂ ਤਾਂ ਉੱਧਰ ਸੰਭਾਲਣਾ ਸੀ ਜੀ, ਮੰਨ ਕੇ ਚਲੋ 9 ਵਜੇ ਤੱਕ ਤਾਂ ਟਾਈਮ ਹੁੰਦਾ ਹੀ ਹੈ, ਮਾਂ ਪਿਓ ਕਹਿੰਦੇ ਜੀ ਵੀ ਯਾਰ ਦੋਸਤ ਕੋਲ ਹੋਏਗਾ ਜਾਂ ਕਿਵੇਂ ਵੀ, ਫਿਰ 11 ਵਜੇ ਮੈਨੂੰ ਫੋਨ ਆਇਆ ਵੀ ਤੇਰੇ ਕੋਲ ਤਾਂ ਨਹੀਂ ਹੈਗਾ, ਮੈਂ ਕਿਹਾ ਮੇਰੇ ਕੋਲ ਤਾਂ ਨਹੀਂ ਹੈਗਾ ਜੀ, ਮੇਰੇ ਕੋਲ ਹੁੰਦਾ ਤਾਂ ਮੈਂ ਲੈ ਹੀ ਆਉਂਦਾ ਘਰੇ, ਅਤੇ ਇੰਝ ਫਿਰ ਪਾਲ ਕਰਦੇ ਰਹੇ 11 ਵਜੇ, ਸਾਰੀ ਰਾਤ ਲੰਘ ਗਈ ਜੀ, 4 ਵਜੇ ਤੱਕ ਕਰਦੇ ਰਹੇ, ਫਿਰ ਕੋਈ ਪਤਾ ਨਹੀਂ ਕੋਈ ਕੁਛ ਨਹੀਂ, ਫਿਰ ਰਿਸ਼ਤੇਦਾਰਾਂ ਸਾਰਿਆਂ ਨੂੰ ਫੋਨ ਕੀਤਾ ਜਾਂ ਕਿਵੇਂ ਵੀ, ਫਿਰ ਐਫ ਆਰ ਆਈ ਦਰਜ ਕਰਾਈ 24 ਘੰਟੇ ਬਾਅਦ। ਹੁਣ ਜੀ ਇਸ ਤਰੀਕੇ ਕੋਈ ਉੱਤੇ ਮਾੜੇ ਮੋਟੇ ਸਾਹਿਬ ਨੇ ਰਿਸ਼ਤੇਦਾਰ ਵੀ ਰਹਿੰਦੇ ਗਿਆ, ਕੋਈ ਪਿੰਡ ਦਿਆਂ ਨੇ ਕਿਹਾ ਵੀ ਉੱਥੇ ਮੱਛੀ ਮੁੱਛੀ ਪਕੜਨ ਜਾਂਦੇ ਆ ਅਤੇ ਕਹਿੰਦੇ ਵੀ ਇਸ ਤਰੀਕੇ ਲਾਸ਼ ਆਈ ਹੈ ਜੀ ਅੱਜ 9 ਦਿਨਾਂ ਬਾਅਦ। ਉੱਥੇ ਅਸੀਂ ਗਏ ਵੇਖਿਆ ਜੀ, ਦੂਰ ਸੀ, ਪਛਾਣ ਨਹੀਂ ਆਈ, ਉਸ ਤੋਂ ਬਾਅਦ ਕੱਢਣ ਤੋਂ ਬਾਅਦ ਅਸੀਂ ਕਿਹਾ ਵੀ ਸਾਡਾ ਹੀ ਲੱਗਦਾ ਹੈਗਾ ਕੱਪੜਿਆਂ ਤੋਂ, ਵੈਸੇ ਤਾਂ ਹਾਲਾਤ ਨਹੀਂ ਹੈਗੇ ਵੇਖਣ ਵਾਲੇ, ਕੋਈ ਵੀ ਸ਼ਕਲ ਨਹੀਂ ਵਿਖਦੀ ਗੀ, ਇਹ ਆਪਣੇ ਮਨਸਾ ਦੇ ਨਾਲ ਲੱਗਦਾ ਹੈਗਾ ਸੇਮ ਨਾਲ ਆਲ ਆ ਜੀ, ਦਰਿਆ ਦੇ ਨਾਲ ਉਹਦੇ ਕੰਢੇ 'ਤੇ ਮਿਲੀ ਸੀ। ਸਾਨੂੰ ਤਾਂ ਜੀ ਹੁਣ ਕਿਸੇ ਨਾਲ ਦੁਸ਼ਮਣੀ ਤਾਂ ਹੈ ਨਹੀਂ ਸੀ ਪਿੰਡ 'ਚ, ਬਾਹਰ ਦੀ ਕੋਈ ਐਂ ਗੱਲ ਹੋਵੇ ਤਾਂ ਵੱਖਰੀ ਗੱਲ ਹੈ ਜੀ, ਵੈਸੇ ਤਾਂ ਆਪਣਾ ਭਰਾ ਹੀ ਹੈਗਾ, ਚਾਚੇ ਦਾ ਮੁੰਡਾ ਜੀ, ਆਪਣਾ ਇਹ ਕੋਈ ਗੱਲ ਹੁੰਦੀ ਦੁਸ਼ਮਣੀ ਵਾਲੀ ਸਾਨੂੰ ਨੇੜਦਿਆਂ ਨੂੰ ਪਤਾ ਹੀ ਹੁੰਦਾ। ਨਹੀਂ ਜੀ, ਕੁਆਰਾ ਸੀ, ਮੰਗਣਾ ਹੋਇਆ ਸੀ ਵਿਆਹ, ਆਪਾਂ ਕਰਨਾ ਸੀ ਅੱਜ ਝੋਨਾ ਚੱਕ ਕੇ, ਜਾਂ 2 ਮਹੀਨਾ ਬਾਅਦ ਗੱਲ ਚੱਲੀ ਜਾਂਦੀ ਸੀ ਵਿਆਹ ਦੀ ਕੀ ਕਰਨਾ ਹੈਗਾ। ਹੁਣ ਵੇਖਿਆ ਜਾਵੇ ਤਾਂ ਹੁਣ ਪੋਸਟਮਾਰਟਮ ਕਰਦੇ ਪਏ ਗਏ, ਬਾਕੀ ਸਾਨੂੰ ਤਾਂ ਸ਼ੱਕ ਪੈਂਦਾ ਹੈਗਾ ਵੀ ਕਿਸੇ ਨੇ ਰੰਜਿਸ਼ ਕੱਢੀ ਹੋਣੀ ਹੈ। ਮੰਗ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਸ਼ਰੀਫ ਘਰ ਹੈਗਾ, ਇਹ ਵੀ ਸਾਰੇ ਸਾਡੇ ਦਿਨ 'ਚ ਕਦੇ ਰਾਂਦ ਵਾਲੇ ਪਾਸੇ ਨਹੀਂ ਗਏ, ਲੜਾਈ ਵਾਲੇ ਪਾਸੇ ਨਹੀਂ ਗਏ, ਇਹ ਵਾਲੇ ਹੈਗੇ ਜੀ, 2 ਭਰਾ ਹੈਗੇ, 1 ਸਿਸਟਰ ਹੈ, 1 ਬਾਪੂ ਹੈਗੇ। ਘਰੋਂ ਕਈ ਦਿਨ ਵੀ ਚਾਵਲ ਖਾ ਕੇ ਉਵੇਂ ਹੀ ਨਿਕਲਿਆ ਹੁੰਦਾ, ਮੈਂ ਵਿਹਲੀ ਸਾਥੀ ਕੋਲ ਜਾਂਦਾ ਵੀ ਉੱਥੇ ਪਿਆ ਕੀ ਮਾਲਕ ਦੀ ਬਣਿਆ ਕੀ ਨਹੀਂ ਬਣਿਆ।
ਮਨੇ ਅਗੇ ਤਾਂ ਦੁਕਾਨ ਤੇ ਲੱਗਾ ਰਿਹਾ ਵਿੱਚ ਮਾੜੇ ਜੇ ਬੁਖਾਰ ਹੋਏ ਤੇ ਬਸ ਚਾਵਲ ਖਾ ਕੇ ਵੀ ਨਿਕਲਾ ਖਿੱਜ ਨਹੀਂ ਤੇ ਉੱਥੋਂ ਹੀ ਫਿਰ ਤਲਾਸ਼ ਹੋਏ ਮੰਮੀ ਆਉਂਦੀ ਤਲਾਸ਼ ਕਰਨ ਲੱਗ ਪਈ ਫਿਰ ਉਹ ਕਿਹਾ ਖਾਨੇ ਆ 8 ਵਜੇ ਬਾਹਰ ਝਾੜ ਲੱਗੇ 7 ਕੁ ਦਾ ਟਾਈਮ ਸੀ ਇਹ ਆਪਣੇ ਉਹ ਵੱਡੀ ਪੌੜ ਜਿਹੜੀ ਹੈ ਨਾ ਦਰਿਆ ਵਾਲੀ ਜਿੱਥੇ ਫੌਜੀ ਬੈਠੇ ਆ ਉੱਥੋਂ ਫਿਰ ਉਹ ਕਲਾਲੀ ਜੀ ਦੇ ਵਿੱਚ ਪਿਆ ਸੀ ਫਿਰ ਨਰੇਗਿਆ ਲੱਗੇ ਹੋਏ ਸੀ ਉਹਨਾਂ ਨੇ ਤਲਾ ਦਿੱਤੀ ਸਰਪੰਚ ਨੂੰ ਵੀ ਇਸ ਤਰ੍ਹਾਂ ਇੱਥੇ ਮੁੰਡਾ ਕੋਈ ਆਇਆ ਪੀਆ ਫਿਰ ਉਹ ਨਾ ਕਿ ਸਾਡੇ ਉੱਥੇ ਆਪਦੇ ਵੀ ਰਿਸ਼ਤੇਦਾਰ ਬੈਠੇ ਬਣ ਕੇ ਫਿਰ ਉਹਨਾਂ ਮੈਂ ਤਲਾਹ ਕੀਤੀ ਫਿਰ ਉਹਨੇ ਫੋਨ ਕੀਤਾ ਵੀ ਵੇਖ ਲਈਏ ਸ਼ਾਇਦ ਆਪਣਾ ਹੀ ਮੁੰਡਾ ਨਾ ਹੋਵੇ ਉਹ ਅਗਾ ਗਏ ਕੱਪੜੇ ਤੋਂ ਪਛਾਣ ਤਵੀਰ ਜੀ ਆਉਂਦੀ ਨਹੀਂ ਅਤੇ ਵੀ ਆਨੰਦ ਬਣੋ ਅਤੇ ਆਪਣੇ ਕੱਪੜਿਆਂ ਵੱਲ ਪਛਾਣ ਕਰੀ ਵੀ ਸਾਡਾ ਮੁੰਡਾ ਹੈ ਪਰਵਾਹ ਨਾ ਸਾਡੀ ਵੀ ਐਵੇਂ ਆਖੀਏ ਅਤੇ ਦੁਸ਼ਮਾਣੀ ਇਹ ਤਾਂ ਪਿੰਡ ਇੱਥੇ ਸਿਖਾਈਏ ਵੀ ਕੋਈ ਨਹੀਂ ਹੈਗੀ ਐਵੇਂ ਆਪਾਂ ਲੱਗਬਾਜੀ ਵਾਲੇ ਕੋਈ ਆਉਂਦੇ ਹਨ ਅਤੇ ਕੋਈ ਮੁੰਡੇ ਰਹੇ ਵੀ ਕੋਈ ਨਹੀਂ ਕੋਈ ਖਾਂਦਾ ਨਹੀਂ ਕੋਈ ਪੀਂਦਾ ਨਹੀਂ ਕੋਈ ਖਾਂਦਾ ਹੋਵੇ ਫਿਰ ਕਵੀਏ ਹੈ ਫਿਰ ਕੁਛ ਵੀ ਨਹੀਂ ਵੀ ਨਹੀਂ ਜਿਹੜੇ ਮੁੰਡਿਆਂ ਨੇ ਧਮਕੀ ਦਿੱਤੀ ਉਹ ਕਿੱਥੋਂ ਦੇ ਸੀਗੇ ਬੰਦੇ ਕਿੱਥੋਂ ਦੇ ਰਹਿਣ ਵਾਲੇ ਸੀਗੇ ਜੀ ਹੁਣ ਆਪਣੇ ਸਰਪੰਚ ਹੈ ਸਾਡਾ ਦੇਖਣਾ ਉਹਨੂੰ ਪਤਾ ਹੈ ਕੋਈ ਕਪਾਏ ਦਾ ਕੋਈ ਤਰਿਆਂ ਵਾਲੇ ਦਾ ਕੋਈ ਇੱਕ ਛਮ ਛਵਾ ਦੇ ਦਾ ਦੁਸ਼ਮਣ ਬਣ ਕੇ ਪਏ ਕਿੰਨੇ ਉਹ ਰੋਲਾ ਹੀ ਸੀ ਮੈਂ ਤੈਨੂੰ ਦੱਸਾਂ ਸਿੱਧੀ ਜਿਹੜੀ ਵੱਡੀ ਉਹਦੀ ਭਰਜਾਈ ਸੀ ਨਾ ਉਹਦਾ ਵੀ ਫੋਨ ਫਾਨ ਫੜਿਆ ਗਿਆ ਹੈ ਉਹਨਾਂ ਬੰਦਿਆਂ ਦਾ ਹੱਥ ਵਿੱਚ ਸੀ ਹੈ ਉਹ ਕਹਿੰਦੇ ਤੈਨੂੰ ਸੰਭਲ ਲਵਾਂਗੇ ਕਰ ਲਵਾਂਗੇ ਵਾਰੀ ਵਾਰੀ ਫੋਨ ਆਉਂਦਾ ਸੀ ਹੈ ਸਾਨੂੰ ਹੁਣ ਉਹਨਾਂ 'ਤੇ ਛੱਕਦਾ ਹੈ ਭਾਈ ਮੁੰਡੇ ਮਗਰ ਦੁਕਾਨ 'ਤੇ ਗਏ ਨੇ ਦੁਕਾਨ ਵਾਲੇ ਪਤਾ ਦੁਕਾਨ 'ਤੇ ਪਛਾ ਦੇਵਾਂਗੇ ਉਹ ਦੁਕਾਨ ਵਾਲੇ ਵੀ ਸੀ ਨਾ ਇਹਨਾਂ 'ਤੇ ਲੱਗਾ ਸੀ ਫਿਰ ਉਹ ਦੁਕਾਨ ਵਾਲੇ ਇੱਕ ਦੋ ਵਾਰੀ ਘਰੇ ਵੀ ਛੱਡ ਗਏ ਅਸੀਂ ਹੁਣ ਮੰਗ ਵੀ ਸਾਡੀ ਮਾੜੀ ਜੀ ਸੁਣਾਈ ਹੋਵੇ ਸਾਡੇ ਮੁੰਡੇ ਦਾ ਕੋਈ ਕਦਰ ਪਵੇ ਅਤੇ ਕਾਰਵਾਈ ਸਾਰੀ ਕਰੀ ਜਾਵੇ ਸਾਡੀ ਕੌਣ ਛਾਣ ਕਰੀ ਜਾ ਸਾਡੇ ਪੜਤਾ ਸਮਝ ਲਓ ਮਰ ਗਿਆ ਸਾਡੇ ਸਾਰੇ ਸਾਰੇ ਦੁਸ਼ਮਣ ਹੀ ਹੈ ਇਹ ਵੇਖੀਏ ਤਾਂ ਕਿਹੜੇ ਪਿੰਡ 'ਚ ਗਿਆ ਵੀ ਥੋੜ੍ਹੀ ਜਿਹੀ ਉੱਥੇ ਤਲਾਸ਼ ਕਰੀ ਜਾਵੇ ਭਾਵੇਂ ਸਰਪੰਚ ਦੇ ਰਹੂੰ ਚਾ ਕੁਛ ਸਾਨੂੰ ਪਿੰਡ ਵਿੱਚ ਵੀ ਉਹ ਬਾ ਨਮਸਤੇ ਵਿੱਚ ਹੈ ਨਾ ਉਸ ਪਿੰਡ ਨੂੰ ਗਿਆ ਮੁੰਡੇ ਦਾ ਕਤਲ ਹੀ ਹੋ ਗਿਆ ਉਹ ਤਾਂ ਮੁੰਡੇ ਦਾ ਕਤਲ ਹੀ ਹੋ ਗਿਆ ਇੱਕ ਡੈਡ ਬੋਡੀ ਮਿਲੀ ਹੈ ਸਾਨੂੰ ਮਾਰਜਮ ਸ਼ੇਰ ਪੱਤਨ ਕੋਲੋਂ ਸੇਮ ਨਾਲੇ 'ਚ ਤੈਰਦੀ ਸੀ ਇਹ ਪਹਿਲੇ ਸਾਡੇ ਕੋਲ 22 ਤਰੀਕ ਦੀ ਰਿਪੋਰਟ ਸੀ ਮੁੰਡਾ ਲਾਪਤਾ ਘਰੋਂ ਜਿਹਦੀ ਅੱਜ ਲਾਸ਼ ਖਲਤ ਹੋ ਗਈ ਵੀ ਉਹੀ ਲੜਕਾ ਹੈ ਕੀ ਨਾਂ ਸੀ ਸਰ ਇਹਦਾ ਅਤੇ ਕਿੱਥੋਂ ਰਹਿਣਾ ਸੀ ਇਹਦਾ ਨਾਂ ਸੀ ਕੀ ਧਰਮਿੰਦਰ ਸਿੰਘ ਸਾਨੂੰ ਮੱਖਣ ਸਿੰਘ ਪਿੰਡ ਸਲੇਮਸ਼ਾ ਪਰਿਵਾਰ ਵੱਲੋਂ ਤਾਂ ਜੇ ਉਹ ਕਹਿੰਦੇ ਵੀ ਫਿਲਹਾਲ ਡੈਡ ਬੋਡੀ ਪੋਸਟਮਾਰਟਮ ਕਰਾਓ ਮੈਡੀਕਲ 'ਤੇ ਜੋ ਪਤਾ ਲੱਗਿਆ ਪੋਸਟਮਾਰਟਮ ਰਿਪੋਰਟ ਤੋਂ ਇਸ ਜੇ ਉਹਨਾਂ ਕੋਈ ਪਰਿਵਾਰ ਨੂੰ ਡਾਊਟ ਨਹੀਂ ਗਾ ਇਹ ਤਾਂ ਬਾਅਦ 'ਚ ਇਨਕੁਆਇਰੀ 'ਤੇ ਪਤਾ ਲੱਗੂਗਾ ਜਾਂ ਪੋਸਟਮਾਰਟਮ ਰਿਪੋਰਟ 'ਤੇ ਹੁਣ ਫਿਲਹਾਲ 176 ਕਾਰਵਾਈ ਕਰ ਰਹੇ ਹਾਂ